ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਨੂੰ ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਇਸ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਵਾਕ ਅਰਾਊਂਡ ਦੇਣ ਲੱਗੇ ਹਾਂ ਜੀ ਜੋਤ ਮਿਊਜ਼ੀਕਲ ਅਕੈਡਮੀ ਦਾ ਜਿੱਥੇ ਆ ਕੇ ਤੁਸੀਂ ਵੋਕਲ ਕਲਾਸਿਸ ਇੰਸਟਰੂਮੈਂਟ ਕਲਾਸਿਸ ਐਜ ਵੈਲ ਐਜ਼ ਮਿਊਜ਼ਿਕ ਪ੍ਰੋਡਕਸ਼ਨ ਸਿੱਖ ਸਕਦੇ ਹੋ ਐਂਡ ਤੁਸੀਂ ਵੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਲੈਟਸ ਗੈਟ ਸਟਾਰਟਡ ਸੋ ਵੈਲਕਮ ਟੂ ਜੋਤ ਮਿਊਜ਼ੀਕਲਸ ਅਕੈਡਮੀ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਵੋਕਲ ਰੂਮ ਵਾਲੀ ਸਾਈਡ ਦੇ ਉੱਤੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਰਿਆਜ਼ ਕਰਵਾਉਂਦੇ ਹਾਂ ਐਂਡ ਜਿੱਥੇ ਅਸੀਂ ਉਹਨਾਂ ਨੂੰ ਸਿੰਗਿੰਗ ਟੀਚ ਕਰਦੇ ਹਾਂ ਆ ਜਾਓ ਐਂਡ ਦਿਸ ਇਜ਼ ਦਾ ਪਲੇਸ ਕਿ ਜਿੱਥੇ ਅਸੀਂ ਤੁਹਾਨੂੰ ਫਰੋਮ ਬੇਸਿਕਸ ਟੂ ਐਡਵਾਂਸ ਲੈਵਲ ਦੀ ਆਪਾਂ ਟੀਚਿੰਗ ਆਪਾਂ ਤੁਹਾਨੂੰ ਇੱਥੇ ਕਰਾਂਗੇ ਐਂਡ ਦਾ ਬੈਸਟ ਪਾਰਟ ਇਜ਼ ਕਿ ਸਾਡੇ ਕੋਲ ਇੱਥੇ ਪ੍ਰੋਪਰ ਸਾਊਂਡ ਸਿਸਟਮਸ ਲੱਗੇ ਹੋਏ ਨੇ ਐਂਡ ਪਹਿਲੇ ਦਿਨ ਤੋਂ ਹੀ ਤੁਸੀਂ ਸਾਡੇ ਕੋਲ ਇੱਥੇ ਤਾਨਪੁਰਾ ਮੈਟਰੋਨੋਮ ਬੇਸਡ ਰਿਆਜ਼ ਕਰੋਗੇ ਐਂਡ ਤੁਹਾਡੇ ਨਾਲ ਤਬਲਾ ਵੀ ਵੱਜੇਗਾ ਪਹਿਲੇ ਦਿਨ ਤੋਂ ਢੋਲਕ ਦੇ ਉੱਤੇ ਵੀ ਤੁਸੀਂ ਰਿਆਜ਼ ਕਰੋਗੇ ਡਰਮਸ ਦੇ ਉੱਤੇ ਵੀ ਤੁਸੀਂ ਰਿਆਜ਼ ਕਰੋਗੇ ਐਂਡ ਇਨ ਸ਼ੋਰਟ ਵੀ ਐਟ ਦੀ ਐਂਡ ਆਫ ਦਾ ਡੇ ਕਿ ਤੁਹਾਨੂੰ ਐਂ ਨਾ ਹੋਵੇ ਵੀ ਤੁਸੀਂ ਇਕੱਲਾ ਤਬਲੇ ਦੇ ਉੱਤੇ ਰਿਆਜ਼ ਕੀਤਾ ਅਤੇ ਸਿਰਫ ਤੁਸੀਂ ਉਸੇ ਦੇ ਉੱਤੇ ਗਾ ਸਕਦੇ ਹੋ ਅਸੀਂ ਤੁਹਾਨੂੰ ਹਰੇਕ ਚੀਜ਼ ਐਕਸਪੀਰੀਅੰਸ ਕਰਵਾਵਾਂਗੇ ਇੱਥੇ ਅਸੀਂ ਮਾਸਟਰ ਕਲਾਸਿਸ ਵੀ ਲੈਂਦੇ ਹਾਂ ਜਿਸ ਲਈ ਅਸੀਂ ਬੋਰਡ ਲਗਾਇਆ ਹੋਇਆ ਮਾਸਟਰ ਕਲਾਸਿਸ ਦੇ ਵਿੱਚ ਅਸੀਂ ਬਹੁਤ ਡਿਟੇਲ ਚੀਜ਼ਾਂ ਆਪਾਂ ਡਿਸਕਸ ਕਰ ਦੇਵਾਂਗੇ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਕਿਵੇਂ ਬਣਾਉਣਾ ਤੁਸੀਂ ਆਪਣਾ ਇੰਸਟਾਗ੍ਰਾਮ ਅਕਾਊਂਟ ਕਿੱਦਾਂ ਹੈਂਡਲ ਕਰਨਾ ਕੀ ਚੀਜ਼ ਪੋਸਟ ਕਰਨੀ ਹੈ ਕੀ ਨਹੀਂ ਕਰਨੀ ਐਂਡ ਕੁਛ ਟੈਕਨੀਕੈਲਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਹੈ ਨਾ ਜੀ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਇੱਥੇ ਚੀਜ਼ਾਂ ਡਿਸਕਸ ਕੀਤੀਆਂ ਜਾਂਦੀਆਂ ਨੇ ਮਿਊਜ਼ਿਕ ਥਿਊਰੀ ਨੂੰ ਇੱਥੇ ਬਹੁਤ ਡਿਟੇਲ ਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਐਜ਼ ਵੈਲ ਐਜ਼ ਇੱਥੇ ਅਸੀਂ ਤਬਲਾ ਕਲਾਸਿਸ ਵੀ ਹੁਣ ਆਪਾਂ ਸ਼ੁਰੂ ਕਰ ਦਿੱਤੀਆਂ ਨੇ ਇਹ ਰੂਮ ਅਸੀਂ ਤਬਲਾ ਕਲਾਸਿਸ ਲਈ ਵੀ ਆਪਾਂ ਸ਼ੁਰੂ ਕਰ ਰਹੇ ਹਾਂ ਇੱਥੇ ਅਸੀਂ ਪੰਜਾਬ ਘਰਾਣਾ ਤਬਲਾ ਇੱਥੇ ਅਸੀਂ ਟੀਚ ਕਰਦੇ ਹਾਂ ਸੋ ਇਹ ਤਾਂ ਸੀਗਾ ਜੀ ਤੁਹਾਡਾ ਵੋਕਲ ਰੂਮ ਜਿੱਥੇ ਤੁਸੀਂ ਰਿਆਜ਼ ਕਰਦੇ ਹੋ ਨਾਓ ਵਟ ਇਜ਼ ਦ ਨੈਕਸਟ ਸਟੈਪ ਐਂਡ ਦੈਟ ਇਸ ਕਿ ਜਦੋਂ ਹੁਣ ਤੁਸੀਂ ਇੱਥੇ ਬਹੁਤ ਵਧੀਆ ਟਾਈਮ ਸਾਡੇ ਕੋਲ ਲਗਾਇਆ ਤੁਸੀਂ ਸਿੱਖੇ ਹੁਣ ਦਾ ਨੈਕਸਟ ਪਾਰਟ ਆਉਂਦਾ ਹੈਗਾ ਕਿ ਜਦੋਂ ਅਸੀਂ ਤੁਹਾਨੂੰ ਲਾਈਵ ਸਿੰਗਿੰਗ ਟੀਚ ਕਰਾਂਗੇ ਐਂਡ ਉਸ ਚੀਜ਼ ਨੂੰ ਮਾਇੰਡ ਦੇ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਬਣਾਇਆ ਹੈਗਾ ਜੈਮਿੰਗ ਰੂਮ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਸੋ ਜੈਮਿੰਗ ਰੂਮ ਇਜ਼ ਵਾਏ ਕਿਉਂਕਿ ਅਸੀਂ ਇੱਥੇ ਤੁਹਾਨੂੰ ਬਿਲਕੁਲ ਹੀ ਪ੍ਰੋਫੈਸ਼ਨਲ ਇਨਵਾਇਰਮੈਂਟ ਦੇਣਾ ਚਾਹੁੰਦੇ ਹਾਂ ਸਾਨੂੰ ਹਰੇਕ ਚੀਜ਼ ਇੱਥੋਂ ਆਪਾਂ ਬਿਲਕੁਲ ਹੀ ਤੁਹਾਨੂੰ ਪ੍ਰੋਫੈਸ਼ਨਲੀ ਤਿਆਰ ਕਰਕੇ ਬਾਹਰ ਭੇਜਣਾ ਚਾਹੁੰਦੇ ਹਾਂ ਆਓ ਤੁਹਾਨੂੰ ਜੈਮਿੰਗ ਰੂਮ ਵੱਲ ਲੈ ਕੇ ਚੱਲਦਾ ਸੋ ਜੈਮਿੰਗ ਰੂਮ ਨੂੰ ਇਸੀ ਪ੍ਰਸਪੈਕਟਿਵ ਦੇ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਗਿਆ ਹੈਗਾ ਕਿ ਜਿੱਥੇ ਤੁਸੀਂ ਲਾਈਵ ਸਿੰਗਿੰਗ ਪ੍ਰੈਕਟਿਸ ਕਰੋਗੇ ਇੱਥੇ ਸਾਡੇ ਗਿਟਾਰ ਕਲਾਸਿਸ ਵੀ ਚੱਲ ਰਹੀਆਂ ਨੇ ਵਿਚ ਇਜ਼ ਅ ਫਲੇਮੈਂਕੋ ਗਿਟਾਰ ਕਲਾਸਿਸ ਅਗਰ ਕੋਈ ਗਿਟਾਰ ਸਿੱਖਣਾ ਚਾਹ ਰਿਹਾ ਔਨਲਾਈਨ ਔਰ ਆਫਲਾਈਨ ਦੈਟ ਇਜ਼ ਯੋਰ ਚੋਇਸ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ ਸੋ ਦਿਸ ਇਜ਼ ਦਾ ਆਲ ਲਾਈਵ ਸਾਊਂਡ ਵੀ ਹੈਵ ਇੰਸਟਾਲਡ ਹੀਅਰ ਇੱਥੇ ਡਾਇਨਾਮਿਕ ਮਾਈਕਸ ਹੈਗੇ ਨੇ PA ਸਿਸਟਮ ਲੱਗਿਆ ਹੋਇਆ ਐਂਡ ਦਾ ਬੈਸਟ ਪਾਰਟ ਇਜ਼ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰਾ ਕੁਛ ਦੇਈਏ ਨਾਓ ਦੀਜ਼ ਆਰ ਦਾ ਡਾਇਨਾਮਿਕ ਮਾਈਕਰੋਫੋਨਸ ਇਹਨਾਂ ਦੇ ਉੱਤੇ ਕਿਵੇਂ ਗਾਈਦਾ ਹੈ ਸਟੂਡੀਓ ਦੇ ਵਿੱਚ ਯੂ ਹੈਵ ਟੂ ਫੇਸ ਕੰਡੈਂਸਰ ਮਾਈਕਰੋਫੋਨਸ ਉਹਨਾਂ ਦੇ ਉੱਤੇ ਕਿੱਦਾਂ ਗਾਣਾ ਹੈਗਾ ਸੋ ਇੱਥੇ ਹਰੇਕ ਚੀਜ਼ ਨੂੰ ਆਪਾਂ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਸਾਹਮਣੇ ਰੱਖਾਂਗੇ ਦੈਨ ਵੀ ਹੈਵ ਅ ਪ੍ਰੋਫੈਸ਼ਨਲ ਮਿਕਸਰ ਸੈਟਅਪ ਅੱਛੇ ਐਮਪਲੀਫਾਇਰਸ ਹੈਗੇ ਨੇ ਐਂਡ PA ਸਿਸਟਮਸ ਲੱਗੇ ਹੋਏ ਨੇ ਕ੍ਰੋਸ ਓਵਰਸ ਲੱਗੇ ਹੋਏ ਨੇ ਐਂਡ ਵੀ ਆਰ ਯੂਜ਼ਿੰਗ ਰੋਲੈਂਡ ਐਕਸਪੀਐਸ 10 ਵਿਚ ਇਜ਼ ਅ ਵੈਰੀ ਵੈਰੀ ਬਿਊਟੀਫੁਲ ਪ੍ਰੋਡਕਟ ਮਤਲਬ ਇਹਨੂੰ ਤਾਂ ਰੋਲੈਂਡ ਦਾ ਨਾਮ ਹੀ ਬਹੁਤ ਹੈ ਸੋ ਇਹ ਹੈਗਾ ਜੀ ਸਾਡਾ ਜੈਮਿੰਗ ਰੂਮ ਸੋ ਆਫਟਰ ਸਮ ਟਾਈਮ ਜਿੱਥੇ ਆ ਕੇ ਤੁਸੀਂ ਲਾਈਵ ਸਿੰਗਿੰਗ ਦੀ ਵੀ ਪ੍ਰੈਕਟਿਸ ਕਰਦੇ ਹੋ ਐਂਡ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਮਿਊਜ਼ਿਕ ਪ੍ਰੋਡਕਸ਼ਨ ਸਟੂਡੀਓ ਜਿੱਥੇ ਤੁਹਾਡਾ ਗਾਣਾ ਬਣੇਗਾ ਜਿੱਥੇ ਤੁਸੀਂ ਫਾਈਨਲ ਤਿਆਰ ਹੋ ਕੇ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਜਾਂਦੇ ਹੋ ਸੋ ਆਓ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਸੋ ਦਿਸ ਇਜ਼ ਆਰ ਮਿਊਜ਼ਿਕ ਪ੍ਰੋਡਕਸ਼ਨ ਸਟੂਡੀਓ ਜਿੱਥੇ ਅਸੀਂ ਮਿਊਜ਼ਿਕ ਪ੍ਰੋਡਿਊਸ ਕਰ ਰਹੇ ਹਾਂ ਮਿਊਜ਼ਿਕ ਪ੍ਰੋਡਕਸ਼ਨ ਟੀਚ ਵੀ ਕਰ ਰਹੇ ਹਾਂ ਐਂਡ ਦਿਸ ਇਜ਼ ਦ ਪਲੇਸ ਵੇਅਰ ਦ ਰੀਅਲ ਮੈਜਿਕ ਹੈਪਨਸ ਜਿੱਥੇ ਗਾਣਾ ਬਣਦਾ ਹੈ ਮਿਕਸ ਮਾਸਟਰ ਹੁੰਦਾ ਹੈ ਅਤੇ ਫਾਈਨਲੀ ਤੁਹਾਡੇ ਤੱਕ ਪਹੁੰਚਦਾ ਹੈ ਸੋ ਆਓ ਇੱਕ ਛੋਟਾ ਜਿਹਾ ਟੂਰ ਦਿਖਾਉਂਦੇ ਹਾਂ ਕਿ ਇੱਕ ਮਿਊਜ਼ਿਕ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਮਾਈਕ ਦੇ ਉੱਤੇ ਕਿ ਇਸ ਟਾਈਮ ਆਪਾਂ ਕਿਹੜਾ ਮਾਈਕ ਯੂਜ਼ ਕਰ ਰਹੇ ਹਾਂ ਦਿਸ ਇਜ਼ ਰੋਡ NT1 ਵਿਚ ਇਜ਼ ਇੰਡਸਟਰੀ ਸਟੈਂਡਰਡ ਮਾਈਕ ਐਂਡ ਐਟ ਦ ਸੇਮ ਟਾਈਮ ਵੀ ਆਰ ਯੂਜ਼ਿੰਗ ਆਡੀਓ ਟੈਕਨੀਕਾ AD2020 ਸੋ ਜੋ ਵੀ ਇੱਥੇ ਡੱਬਿੰਗ ਵਾਸਤੇ ਆਉਂਦੇ ਨੇ ਸੋ ਵਟ ਸੂਟਸ ਬੈਸਟ ਟੂ ਯੋਰ ਵੋਕਲਸ ਸੋ ਆਪਾਂ ਔਨ ਦਾ ਸਪੋਟ ਉਸਨੂੰ ਫਿਗਰ ਆਊਟ ਕਰਕੇ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕਰਨਾ ਐਂਡ ਦਿਸ ਇਜ਼ ਮਾਈ ਵਰਕ ਸਟੇਸ਼ਨ
right? So as you can see, the DAW which I'm using is FL Studio 20, and this is a signature bundle basically. And इधर भी जो मैं monitors ऐसे use कर रहे हैं, as you can see, this is Rocket 5, and the MIDI that I'm using is Impact LX 21 Plus, and which is a 25 key MIDI set. And headphones जो मैं use कर रहे हैं, this is Audio Technica MX 50. And the sound card जो मैं use कर रहे हैं अपने studio दे विच, this is Focusrite 2i2 third generation. And ऐसे हूँ मैं तो एक और बहुत बढ़िया चीज़ दिखाना. This is my Yamaha PSR E333. So जो तो अपन वो ज़्यादा keys play करनी है हुंदिया ने, so I usually take help of my keyboard. So इन शॉर्ट हूँ ऐसे गल आँदी है जी कि जेडे भी अपने कोल vocal students जेडे training ले रहे ने, सो थानू एक छत दे थल्ले असी सारा कुछ देने की कोशिश कर रहे हैं, है ना जी. हुण इत्थे जदों तुसीं एक सिंगिंग सीखदे हो तां स्टूडियो दे विच आके किवें गाईदा हुंदा है, की तुहाडा थ्रो रहना चाहिए, की प्रोजेक्शन रहनी चाहिए थोड़ी, वो असी इत्थे थानू सारी टीच करदे हां, क्योंकि वी हैव अ स्टूडियो, है ना. सो इत्थे असी थोड़ी वोकल्स नू रिकॉर्ड करके थानू दिखांदे भी हैगे, उहनां दी ग्राफिकल रिप्रेजेंटेशन दिंदे हां कि थोड़ा किहड़ा सुर ठीक लग्या ते किहड़ा गलत लग्या. सो आई गैस कि डिटेल थिंग जदों आपां थोड़े सामने रखांगे, ओह डेफिनेटली थोड़े विच एक इंप्रूवमेंट लैके आएगी. एंड जिहड़े स्टूडेंट साडे कोल वोकल सीख रहे ने, अगर जदों ही उहनां दा कोर्स कंप्लीट हुंदा आ, ते एट द एंड ਆਪਾਂ ਉਹਨਾਂ ਨੂੰ ਇੱਕ ਕਰਾਓਕੇ ਸੌਂਗ, ਇੱਕ ਕਵਰ ਸੌਂਗ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਬਿਲਕੁਲ ਫ੍ਰੀ ਰਿਕਾਰਡ ਕਰਕੇ ਦੇਵਾਂਗੇ. ਸੋ ਬਾਕੀ ਜੀ, ਜੋ ਵੀ ਤੁਹਾਡੀ ਕੁਆਇਰੀਜ਼ ਹੈਗੀਆਂ ਨੇ, ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਨੇ, ਕਾਈਂਡਲੀ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਵੀ ਕੰਟੈਕਟ ਕਰ ਸਕਦੇ ਹੋ. ਮੇਰੇ ਕੰਟੈਕਟ ਡਿਟੇਲਸ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਣਗੇ. ਕਾਈਂਡਲੀ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ, ਕੋਈ ਵੀ ਤੁਹਾਡੇ ਕੁਐਸਚਨਸ ਹੈ, ਕੁਆਇਰੀਜ਼ ਹੈ, ਪਲੀਜ਼ ਕਮ ਅਪ. ਵੀ ਆਰ ਹੈਪੀ ਟੂ ਅਸਿਸਟ ਯੂ ਔਨ ਦ ਕਾਲ, ਔਨ ਦ ਮੈਸੇਜਸ, ਐਵਰੀਵੇਅਰ. ਸੋ ਥੈਂਕ ਯੂ ਸੋ ਮੱਚ. ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਸਾਰਾ ਸੈਟਅਪ ਪਸੰਦ ਆਇਆ ਹੋਵੇਗਾ. ਐਂਡ ਜੇ ਤੁਸੀਂ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਮਿਊਜ਼ਿਕ ਦੇ ਵਿੱਚ, ਫਟਾਫਟ ਤੋਂ ਸਾਨੂੰ ਕੰਟੈਕਟ ਕਰੋ. ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ.